ਸਬਸਕ੍ਰਾਈਬ ਕਰੋ ਖਦਰਾ ਐਲ ਐਸ ਆਈ ਦੇ YouTube ਚੈਨਲ ਨੂੰ ਤੇ ਬੈਲ ਦਾ ਆਈਕਨ ਜਰੂਰ ਦਬੋ ਹਾਂਜੀ ਅੱਜ ਜਿਸ ਨੂੰ ਦੱਸਾਂਗੇ ਸਾਕਾ ਸਮਤ ਖਤਮ ਹੋਣ ਤੇ ਪਟਵਾਰੀ ਨੇ ਰੋਜ਼ਨਾਮਚਾ ਬਾਕੀਅਤੀ ਵਿੱਚ ਕੀ ਲਿਖਣਾ ਹੈ ਸਾਕਾ ਸਮਤ ਦੇ ਮਹੀਨੇ ਖਤਮ ਹੋਣ ਤੋਂ ਬਾਅਦ ਪਟਵਾਰੀ ਰੋਜ਼ਨਾਮਚਾ ਵਿੱਚ ਪਸ਼ੂਆਂ ਦੀ ਹਾਲਤ ਫਸਲ ਤੇ ਕਾਸ਼ਤਕਾਰੀ ਦੀ ਆਮ ਹਾਲਤ ਦਰਜ ਕਰੇਗਾ ਅਤੇ ਖਾਸ ਤੌਰ ਤੇ ਉਹਨਾਂ ਹਾਲਾਤਾਂ ਦਾ ਇੰਦਰਾਜ करेगा जिस ਦੇ ਕਾਰਨ ਇਹਨਾਂ ਫਸਲਾਂ ਨੁਕਸਾਨ ਜਾਂ ਲਾਭ ਪਹੁੰਚਿਆ ਹੋਵੇ ਤੇ ਪਟਵਾਰੀ ਕਾਫੀ ਪੜਤਾਲ ਤੇ ਦੇਖਪਾਲ ਕਰਕੇ ਅੰਦਰਾਜ ਦਰਜ ਕਰਦਾ ਹੈ ਇਸ ਅੰਦਰਾਜ ਨੂੰ ਮਹਵਾਰੀ ਤਜ਼ਰਕਾ ਵੀ ਕਹਿੰਦੇ ਹਨ ਤਾਂ ਹੋਰ ਇਹੋ ਜਿਹੀਆਂ ਵੀਡੀਓਜ਼ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਸ਼ੇਅਰ ਵੀ ਕਰੋ ਆਪਣੇ ਦੋਸਤਾਂ ਮਿੱਤਰਾਂ ਨਾਲ ਜੇਕਰ ਤੁਸੀਂ ਕੈਟਾਗਰੀ ਦੇ ਹਿਸਾਬ ਨਾਲ ਵੀਡੀਓਜ਼ ਦੇਖਣੀਆਂ ਤਾਂ ਸਾਡੇ ਚੈਨਲ ਤੇ ਜਾ ਕੇ ਪਲੇਲਿਸਟ ਦੇ ਵਿੱਚ ਜਰੂਰ ਦੇਖੋ ਧੰਨਵਾਦ ਜੀ